ਕਿਵੇਂ ਹੋ ਜੀ ਸਾਰੇ? ਸਵਾਗਤ ਹੈ ਜੀ ਮੇਰੇ ਚੈਨਲ ਤੇ ਤੁਹਾਡੇ ਸਾਰਿਆਂ ਦਾ। ਤੇ ਜੀ ਅੱਜ ਅਸੀਂ ਗੱਲ ਕਰਾਂਗੇ 10ਵੀਂ ਅਤੇ 12ਵੀਂ ਕਲਾਸ ਦੇ ਸਿਲੇਬਸ ਦੇ ਰਿਗਾਰਡਿੰਗ। ਕੁਛ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਤੇ ਤੁਸੀਂ ਸਿਲੇਬਸ ਨੂੰ ਕਿਵੇਂ ਡਾਊਨਲੋਡ ਕਰ ਸਕਦੇ ਹੋ ਇਹ ਦੱਸਾਂਗਾ ਜੀ ਤੁਹਾਨੂੰ। ਤੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਵੈਬਸਾਈਟ ਹੁੰਦੀ ਹੈ ਓਫੀਸ਼ੀਅਲ PSCB.ac.in ਉਹਨੂੰ ਖੋਲ੍ਹ ਲੈਣੀ ਆ। ਉਸ ਤੋਂ ਬਾਅਦ ਤੁਹਾਨੂੰ ਇੱਥੇ ਸਿਲੇਬਸ ਵਾਲੇ ਕੋਲਮ 'ਤੇ ਕਲਿੱਕ ਕਰਨਾ ਜੀ। ਇਹ ਇੱਥੇ ਕਲਿੱਕ ਕਰ ਦਿਓ ਜੀ। ਉਸ ਤੋਂ ਬਾਅਦ ਜੀ ਜਿਵੇਂ ਕਿ ਆਹ ਦੇਖੋ ਜੀ, ਮੈਂ ਤੁਹਾਨੂੰ ਦਿਖਾ ਦੇਣਾ। ਅਗਰ ਤੁਸੀਂ 10ਵੀਂ ਕਲਾਸ ਵਿੱਚ ਹੈਗੇ ਹੋ ਤਾਂ ਤੁਹਾਨੂੰ ਇੱਥੇ ਕਲਿੱਕ ਕਰਿਓ ਜੀ। ਆਹ ਦੇਖੋ ਜੀ ਸਿਲੇਬਸ ਆਫ 10th ਕਲਾਸ ਅਕੈਡਮਿਕ ਈਅਰ 2019। ਜੇਕਰ ਤੁਸੀਂ 12ਵੀਂ ਕਲਾਸ ਦੇ ਵਿੱਚ ਹੋ ਤਾਂ ਤੁਸੀਂ ਇੱਥੇ ਕਲਿੱਕ ਕਰਿਓ ਜੀ। ਜੇਕਰ ਤੁਸੀਂ 10ਵੀਂ 'ਚ ਹੋ ਤਾਂ 10ਵੀਂ ਵਾਲਾ ਮਤਲਬ ਡਾਊਨਲੋਡ ਕਰ ਸਕਦੇ ਹੋ, 12ਵੀਂ 'ਚ ਹੋ ਤਾਂ 12ਵੀਂ ਵਾਲਾ ਡਾਊਨਲੋਡ ਕਰ ਸਕਦੇ ਹੋ ਜੀ। ਮੈਂ ਪਹਿਲਾਂ ਹੀ ਤਾਂ ਆਲਰੇਡੀ ਇਹਨੂੰ ਡਾਊਨਲੋਡ ਕਰਕੇ ਰੱਖਿਆ ਹੋਇਆ ਅਤੇ ਤੁਹਾਨੂੰ ਮੈਂ ਦਿਖਾ ਦਿੰਦਾ ਇਹਦੇ ਵਿੱਚ ਕੀ ਹੈ ਜੀ। ਪਹਿਲਾਂ ਆਪਾਂ ਦੇਖਾਂਗੇ ਜੀ ਕਲਾਸ 12ਵੀਂ ਦਾ। ਅਤੇ ਦੇਖੋ ਜੀ ਕਲਾਸ 12ਵੀਂ ਦਾ ਇਹ ਹੈਗਾ ਵਾ ਜੀ, ਇਹਦੇ ਵਿੱਚ ਸਬਜੈਕਟ ਦੱਸੇ ਹੋਣਗੇ ਕਿ ਕਿਹੜੇ ਕਿਹੜੇ ਸਬਜੈਕਟ ਨੇ ਅਤੇ ਉਹੀ ਟੈਸਟ ਪੇਪਰ ਹੋਣਗੇ ਕਿ ਕਿਵੇਂ ਕਿਵੇਂ ਪੈਟਰਨ ਆਊਗਾ ਸਿਲੇਬਸ। 12ਵੀਂ ਸੈਸ਼ਨ 2020 ਅਤੇ ਜਨਰਲ ਪੰਜਾਬੀ, ਜਨਰਲ ਇੰਗਲਿਸ਼ ਜੋ ਕਿ ਸਾਰੇ ਜਾਣੇ ਰੱਖਦੇ ਹੀ ਹੁੰਦੇ ਆ, ਮਤਲਬ ਇਹ ਕੰਪਲਸਰੀ ਹੁੰਦਾ। ਅਤੇ ਇਨਵਾਇਰਮੈਂਟ ਅਤੇ ਕੰਪਿਊਟਰ ਇਹ ਤਾਂ ਹੁੰਦੀਆਂ ਹੀ ਨੇ ਜੀ। ਸਾਇੰਸ ਗਰੁੱਪ ਵਾਲਿਆਂ ਨੂੰ ਫਿਜ਼ਿਕ, ਕੈਮਿਸਟਰੀ, ਬਾਇਓਲੋਜੀ, ਮੈਥ। ਅਤੇ ਜਿਹੜੇ ਕਮਰਸ ਵਾਲੇ ਹੁੰਦੇ ਆ, ਬਿਜ਼ਨਸ ਸਟੱਡੀ, ਅਕਾਊਂਟਸ, ਇਕਨੋਮਿਕਸ, ਈ ਬਿਜ਼ਨਸ ਹੋ ਗਏ। ਅਤੇ ਜਰਨਲਿਸਟ ਦਾ ਪੇਪਰ ਆਊਗਾ ਤੁਹਾਨੂੰ 65 ਨੰਬਰ ਦਾ ਅਤੇ 22 ਵਾਲਾ ਪਾਸ ਆ। ਪੰਜਾਬੀ ਦਾ ਪੇਪਰ ਆਊਗਾ 65 ਦਾ, 22 ਵਾਲਾ ਪਾਸ ਆ। ਅਤੇ ਉਵੇਂ ਹੀ ਇਨਵਾਇਰਮੈਂਟ ਦਾ ਵੀ ਆ ਅਤੇ ਕੰਪਿਊਟਰ ਸਾਇੰਸ ਦਾ ਵੀ ਆ। ਅਤੇ ਜਿਹੜੇ ਆਹ ਹਿਊਮਨਿਟੀਜ਼ ਗਰੁੱਪ ਵਾਲੇ ਦੇ ਆ, ਅਤੇ ਇਹ ਦੇਖੋ ਇਹਨਾਂ ਨੂੰ ਸਬਜੈਕਟ ਇਹ ਹੈਗੇ ਆ। ਇਹਨਾਂ ਵਿੱਚ ਕੋਈ 3 ਸਬਜੈਕਟ ਆਈ ਥਿੰਕ ਰੱਖਣੇ ਹੁੰਦੇ ਆ ਕੋਈ ਨਾ ਕੋਈ, ਅਤੇ ਆਹ ਸਾਰੇ ਸਬਜੈਕਟ ਨੇ ਜੀ। ਅਤੇ ਬਾਕੀ ਇੱਥੇ ਆ ਗਿਆ ਸਾਇੰਸ ਗਰੁੱਪ ਵਾਲਿਆਂ ਦਾ ਫਿਜ਼ਿਕ, ਕੈਮਿਸਟਰੀ, ਬਾਇਓਲੋਜੀ, ਮੈਥ 70-70 ਦਾ ਨੰਬਰ ਦਾ ਪੇਪਰ ਆਊਗਾ ਜੀ। ਮੈਥ ਦਾ 90 ਨੰਬਰ ਦਾ ਆਊਗਾ ਜੀ। ਬਾਕੀ ਐਡੀਸ਼ਨਲ ਸਬਜੈਕਟ ਨੇ ਜੀ। 23 ਵਾਲਾ ਪਾਸ ਆ ਜੀ 17 ਦੇ ਵਿੱਚੋਂ। ਅਤੇ ਆਪਾਂ ਗੱਲ ਕਰਦੇ ਹਾਂ ਅੱਗੇ ਕਮਰਸ ਗਰੁੱਪ ਵਾਲਿਆਂ ਦੀ, ਬਿਜ਼ਨਸ ਸਟੱਡੀ, ਅਕਾਊਂਟਸ, 65 ਨੰਬਰ ਦਾ ਬਿਜ਼ਨਸ ਸਟੱਡੀ ਦਾ, ਅਕਾਊਂਟ ਦਾ 50 ਦਾ, ਅਤੇ 65 ਦਾ ਇਕਨੋਮਿਕਸ ਦਾ, 50 ਦਾ ਫੰਡਾਮੈਂਟਲ ਆਫ ਈ ਬਿਜ਼ਨਸ। ਅਤੇ ਪਾਸ ਹੈਗੇ ਆ 22-17 ਮਤਲਬ ਬਿਜ਼ਨਸ ਸਟੱਡੀ 'ਚੋਂ 22 ਵਾਲਾ, ਅਕਾਊਂਟ 'ਚ 17 ਵਾਲਾ, ਬਿਜ਼ਨਸ ਇਕਨੋਮਿਕਸ 'ਚ 22 ਵਾਲਾ, ਅਤੇ ਈ ਬਿਜ਼ਨਸ 'ਚ 17 ਵਾਲਾ ਪਾਸ। ਅਤੇ ਬਾਕੀ ਐਗਰੀਕਲਚਰ ਗਰੁੱਪ ਸੇਮ ਉਵੇਂ ਹੀ ਆ ਜਿਵੇਂ ਸਾਇੰਸ ਗਰੁੱਪ ਵਾਲਿਆਂ ਨੂੰ ਸੀਗਾ, 70 ਵਾਲਾ ਪੇਪਰ ਆਊਗਾ, 23 ਵਾਲਾ ਪਾਸ ਹੈ ਜੀ। ਅਤੇ ਐਡੀਸ਼ਨਲ ਸਬਜੈਕਟ ਵੀ ਨਾਲ ਹੈਗੇ ਹੈ ਜੀ। ਅਤੇ ਗੱਲ ਕਰਦੇ ਹਾਂ ਆਪਾਂ ਹੁਣ ਇੰਗਲਿਸ਼ ਦਾ ਪੇਪਰ ਆ ਜੀ। ਆਹ ਦੇਖੋ ਉੱਪਰ ਦੇਖੋ ਦੱਸਿਆ ਵੀ ਹੋਇਆ 65 ਨੰਬਰ ਦਾ ਪੇਪਰ ਆਊਗਾ, 10 ਨੰਬਰ ਦੀ CC ਜੁੜ ਜਾਣੀ ਆ, 75 ਨੰਬਰ ਦਾ ਟੋਟਲ ਬਣ ਜਾਣਾ ਜੀ ਤੁਹਾਡਾ। ਅਤੇ ਇਹਦੇ ਵਿੱਚ 75 ਵਿੱਚੋਂ ਆਈ ਥਿੰਕ 3 ਹਿੱਸੇ ਹੁੰਦੇ ਆ ਜੀ, ਅਤੇ 25 ਵਾਲਾ ਪਾਸ ਹੋ ਗਿਆ ਜੀ। ਅਤੇ ਪਰ ਤੁਹਾਨੂੰ ਮਤਲਬ ਪਾਸ ਹੋਣ ਲਈ ਤੁਹਾਨੂੰ 22 ਨੰਬਰ ਚਾਹੀਦਾ, ਕਿਉਂਕਿ 65 ਨੰਬਰ ਦਾ ਪੇਪਰ ਆਊਗਾ, 22 ਨੰਬਰ ਤੁਹਾਡੇ ਮਤਲਬ ਉੱਧਰ ਆ ਜਾਣੇ ਆ, ਅਤੇ 10 ਨੰਬਰ ਦੀ ਤੁਹਾਡੀ ਅਸੈਸਮੈਂਟ ਜੁੜ ਗਈ, ਤਾਂ 32 ਨੰਬਰ ਤੁਹਾਡੇ 75 ਦੇ ਵਿੱਚੋਂ ਹੋ ਜਾਣਗੇ ਜੇਕਰ ਤੁਸੀਂ ਸਿਰਫ 22 ਨੰਬਰ ਵੀ ਲੈ ਲਵੋ। ਅਤੇ ਗੱਲ ਕਰਦੇ ਹਾਂ ਆਪਾਂ ਐਵੇਂ ਹੀ ਇਸੇ ਤਰ੍ਹਾਂ ਸਾਰੇ ਮਤਲਬ ਸਾਰੇ ਸਬਜੈਕਟ ਦੇ ਦਿੱਤੇ ਹੋਏ ਆ, ਅਤੇ ਤੁਸੀਂ ਦੇਖ ਸਕਦੇ ਹੋ ਜੀ ਇੱਧਰ। ਜੇਕਰ ਕਿਸੇ ਵੀਰ ਨੇ ਡਾਊਨਲੋਡ ਕਰਨਾ ਹੋਇਆ ਤਾਂ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਪਾ ਦੂੰਗਾ ਵੀਰੇ, ਉੱਥੋਂ ਡਾਊਨਲੋਡ ਕਰ ਲਿਓ। ਅਤੇ ਜੇਕਰ ਕਿਸੇ ਵੀਰ ਨੂੰ ਮਤਲਬ ਓਫੀਸ਼ੀਅਲ ਵੈਬਸਾਈਟ ਮਤਲਬ ਉੱਧਰੋਂ ਵੀ ਕਰ ਸਕਦੇ ਹਾਂ ਤੁਸੀਂ, PSCB.ac.in ਖੋਲ੍ਹਿਓ, ਸਿਲੇਬਸ ਵਾਲੇ ਕੋਲਮ 'ਤੇ ਕਲਿੱਕ ਕਰੋ, ਉੱਥੇ ਫਿਰ ਕਲਾਸ 10th ਅਤੇ 12th ਦਾ ਦੋਨੇ ਦਾ ਆ ਜਾਏਗਾ, ਉਹਦੇ ਵਾਲੇ 'ਤੇ ਮਤਲਬ ਕਲਿੱਕ ਕਰਕੇ ਡਾਊਨਲੋਡ ਕਰ ਲਿਓ। ਜੇਕਰ ਮੈਂ ਇਹਨੂੰ ਇਸ ਜਿਹੜੀ PDF ਆ ਇਹਨੂੰ ਮੈਂ ਡਿਸਕ੍ਰਿਪਸ਼ਨ 'ਚ ਵੀ ਮਤਲਬ ਲਿੰਕ ਪਾ ਦੂੰਗਾ, ਤੁਸੀਂ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਸਾਰੀ ਕਲਾਸ ਦਾ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ। ਅਤੇ ਬਾਕੀ ਅਗਰ ਅਸੀਂ ਸਾਰੀ ਮਤਲਬ ਦੇਖਣ ਲੱਗ ਜਾਈਏ ਤਾਂ ਬਹੁਤ ਹੀ ਟਾਈਮ ਲੱਗ ਜੂਗਾ। ਅਕਾਊਂਟਸ, ਇਕਨੋਮਿਕਸ, ਈ ਬਿਜ਼ਨਸ, ਫਿਜ਼ਿਕ, ਕੈਮਿਸਟਰੀ, ਬਾਇਓਲੋਜੀ ਸਾਰਿਆਂ ਦਾ ਦਿੱਤਾ ਹੋਇਆ, ਤੁਸੀਂ ਇੱਧਰੋਂ ਦੇਖ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ 10ਵੀਂ ਕਲਾਸ ਦੀ। ਆਹ ਦੇਖੋ ਜੀ ਹੁਣ ਆਪਾਂ 10ਵੀਂ ਕਲਾਸ ਦੇ ਵਿੱਚ, ਜਿਵੇਂ ਕਿ ਤੁਹਾਨੂੰ ਪਤਾ ਕਿ ਇਹਦੇ ਵਿੱਚ ਕਿੰਨੇ ਸਾਰੇ ਸਬਜੈਕਟ ਹੁੰਦੇ ਨੇ, ਆਈ ਥਿੰਕ 7-8-9 ਕੁਛ ਹੁੰਦੇ ਨੇ। ਅਤੇ ਆਪਾਂ ਗੱਲ ਕਰਦੇ ਹਾਂ ਦੇਖੋ ਜੀ ਪੰਜਾਬੀ, AB, ਇੰਗਲਿਸ਼, ਹਿੰਦੀ ਅਤੇ ਉਰਦੂ ਦੇ ਵਿੱਚ ਆਪਸ਼ਨ ਹੁੰਦੇ, ਕੋਈ ਵੀ ਰੱਖ ਸਕਦੇ ਹੋ। ਮੈਥ, ਸਾਇੰਸ, ਸੋਸ਼ਲ ਸਟੱਡੀ, ਕੰਪਿਊਟਰ ਸਾਇੰਸ, ਅਤੇ ਆਹ ਸਾਰੇ ਸਬਜੈਕਟ ਹੁੰਦੇ ਨੇ। ਪੇਪਰ ਦੇ ਵਿੱਚ ਸ਼ਡਿਊਲ ਕੀ ਹੈ ਜੀ, ਪੇਪਰ ਏ ਆਊਗਾ ਤੁਹਾਨੂੰ 70 ਦਾ, 23 ਵਾਲਾ ਪਾਸ ਆ। ਪੇਪਰ ਬੀ ਆਊਗਾ ਤੁਹਾਨੂੰ ਪੰਜਾਬੀ ਦਾ ਜਿਹੜਾ ਹੁੰਦਾ ਵਾ ਉਹ 65 ਨੰਬਰ ਦਾ ਹੋਊਗਾ, 22 ਵਾਲਾ ਪਾਸ ਆ ਜੀ। ਅਤੇ ਇੰਗਲਿਸ਼ ਦਾ ਪੇਪਰ ਆਊਗਾ ਜੀ ਬਾਕੀ ਤੁਹਾਨੂੰ 90 ਨੰਬਰ ਦਾ, ਹਿੰਦੀ ਵਾਲਾ 90 ਨੰਬਰ ਦਾ, 30 ਵਾਲਾ ਪਾਸ ਆ, 30 ਵਾਲਾ ਪਾਸ ਹੈ ਜੀ। ਮੈਥ ਦਾ ਆਊਗਾ 80 ਨੰਬਰ ਦਾ, 27 ਵਾਲਾ ਪਾਸ ਆ। ਸਾਇੰਸ ਦਾ ਆਊਗਾ ਤੁਹਾਨੂੰ 70 ਨੰਬਰ ਦਾ, 23 ਵਾਲਾ ਪਾਸ ਆ। SST ਦਾ ਆਊਗਾ ਤੁਹਾਨੂੰ 90 ਨੰਬਰ ਦਾ, 30 ਵਾਲਾ ਪਾਸ ਆ। ਅਤੇ ਕੰਪਿਊਟਰ ਸਾਇੰਸ ਤੁਹਾਡੀ 50 ਨੰਬਰ ਦਾ ਪੇਪਰ ਆਊਗਾ, 17 ਵਾਲਾ ਪਾਸ ਆ। ਇਸੇ ਤਰ੍ਹਾਂ ਹੀ ਮਤਲਬ ਸਾਰਾ ਕੁਛ ਦਿੱਤਾ ਹੋਇਆ ਆ। ਬਾਕੀ ਦੂਸਰੇ ਸਬਜੈਕਟ ਨੇ ਵੋਕੇਸ਼ਨਲ ਵਾਲੇ ਦੇ ਅਤੇ NSQF ਵਾਲਿਆਂ ਦੇ। ਅਤੇ ਬਾਕੀ ਆਹ ਸਾਰੇ ਹੁਣ ਦੇਖੋ ਜੀ ਥੱਲੇ ਆਇਆ ਹੋਇਆ ਜੀ। ਆਹ ਦੇਖੋ ਜੀ ਪੰਜਾਬੀ ਐਡੀਸ਼ਨਲ ਵਿਸ਼ਾ,
हाँ पंजाबी आ देखो पेपर ए इसी तरह ही सारा मतलब इन्हां ने ना एक क्वेश्चन पेपर रेडी करके दिता होया कि किमें आऊगा तुहानू तो पेपर ये सारिया मतलब सीरियल वाइज दस्या होया कि इस तरह मतलब तुहाडा तो पेपर आवेगा ते तुसी देख सकते हो तुहानू बड़ी आसानी नाल समझ आ जाएगा सब कुछ। इसी तरह ही सारे सब्जेक्ट दे दिते हुए सोशल स्टडी साइंस मैथ हिंदी पंजाबी पेपर ए बी कंप्यूटर साइंस जेड़ा भी तुहानू तो सब्जेक्ट हैगा सारा दिता हुआ है जी तुसी इत्थे देख सकते हो। जेकर तुहानू मतलब ये डाउनलोड करना है तो तुसी पीएसईबी की वैबसाइट तो भी डाउनलोड कर सकते हो जिवें मैं तुहानू पिछली वीडियो च जिवें हजे दस्या ही पीएसईबी खोलो तो उस तो बाद सिलेबस वाले कॉलम पर क्लिक करो तो फिर तुहानू 10th का आ जाएगा उधर उत्ते क्लिक करके डाउनलोड कर सकते हैं। तो फिर बाकी मैं लिंक है जी मैं डिस्क्रिप्शन च पा दूंगा तुसी उत्थों भी डाउनलोड कर सकते हो जी। तो बाकी बस जी आही है मैं तुसी देख सकते हो दोनों क्लास दे ते बाकी कोई भी और भी वधिया अपडेट आऊगी तो जी मैं इसे तरह थोड़े लिए वीडियो लैके आता रहा जी। तो अगर वीडियो वधिया लगी तो जी इनू कर दियो जी लाइक और कमेंट और शेयर जेकर मेरा चैनल तुहानू लगता वधिया तो इनू कर दियो सबसक्राइब। धन्यवाद।